بسم الله الرحمن الرحيم. السلام عليكم محسن بن بھائیو, میں ہوں منورہ. آپ دیکھ رہے ہیں میرا یوٹیوب چینل منور بھی. اللہ تعالیٰ آپ کو خوش رکھے, شاد و آباد رکھے. اسی دعا کے ساتھ آج کا بلاگ شروع کرتے ہیں. آئی کے سلاح دی جیسے آئے ہیں ہم سایا بچارا ہے یہ جو ساگ لین ساگ دیا گندلا تورن اور ویسے تو ساگ دیا گندلا کا اپنا ساگ بنا دا لیکن آج بیگم صاحبہ گندلا کا سالن بنائے گی ਨਾਲ ਨਾਲ ਆਪਣੇ ਭੈਣ ਭਾਈਆਂ ਨਾਲ ਵੀ ਫਿਰ ਕਰਾਂਗੇ. ਤੂੰ ਚੱਲ ਪੁੱਤ ਉੱਥੇ ਬਾਹਰ ਚਿੰਨ ਦੇ ਜਾਂਦੇ ਨੇ ਬਹੁਤ ਗੱਲਬਾਤ ਬਾਈ ਦੇ ਕੋਲ. ਚੱਲ ਸ਼ਾਬਸ਼ ਪਠਾਣ ਵਿੱਚ ਨਹੀਂ ਬਣਨਾ. ਬਾਹਰ ਬਹਿ ਗਿਆ ਭਾਈ ਦੇ ਕੋਲ ਜਿਤਨੀ ਕੱਪੜੇ ਹੁੰਦੇ ਨੇ ਪਠਾਨ ਪਠਾਨ ਕੋਲ ਚਲੇ ਜਾ ਤੁਹਾਨੂੰ ਜਿੱਥੇ ਮਰਜ਼ੀ ਚਲੇ ਜਾ ਜਿਤਨੀ ਬਣਨਾ. ਦੱਸ ਦੇ ਨਹੀਂ ਨਹੀਂ ਸਾਰੀ ਫੂਲ ¡Ey, no! ¡Ey, chale un carque todo el día! ¡Un lado de todo! ¿Sabes si le anda? ¿Ole, enia, patena, ole, da, carna, mami? ¿Te sirve un gandabay? ¿Para qué te da salamina? ਗੰਦਲਾ ਆਉਂਦੇ ਮੈਂ ਛਿਲਕਾ ਤਾਰ ਕੇ ਅੱਗੋਂ ਪੱਤੇ ਵੀ ਲਾਉਣੇ ਅਤੇ ਕੱਟ ਲਈਆਂ ਦੋ ਵਿੱਚ ਆਲੂ ਪਾ ਲਵਾਂਗੀ. ਔਰ ਚੁੱਲ੍ਹੇ ਵਿੱਚ ਅੱਗ ਜਲਾ ਲਈ ਆ, ਕੜਾਹੀ ਵਿੱਚ ਘੀ ਪਾ ਲਿਆ. ਹੁਣ ਮੈਂ ਪਕਾਉਣਾ ਸ਼ੁਰੂ ਕਰ ਦੂੰਗੀ. ਘੀ ਗਰਮ ਹੋ ਚੁੱਕਿਆ, ਇਹਦੇ ਵਿੱਚ ਪਿਆਜ਼ ਪਾ ਲੈਣਾ. ਅਦਰਕ ਲਸਣ ਦਾ ਪੇਸਟ ਵੀ ਪਾ ਲਿਆ ਵਿੱਚ, ਅਤੇ ਟਮਾਟਰ ਮਿਰਚਾਂ ਪਾ ਲਈਆਂ, ਇਹਨਾਂ ਨੂੰ ਫਰਾਈ ਕਰ ਲਿਆ ਹੈ. ਅਤੇ ਹੁਣ ਵਿੱਚ ਪਾਊਡਰ ਮਸਾਲੇ ਪਾ ਲੈਂਦੇ ਹਾਂ. ਮਸਾਲਾ ਵਿੱਚ ਪਾ ਕੇ ਅਤੇ ਅੱਛੀ ਤਰ੍ਹਾਂ ਭੁੰਨ ਲਿਆ ਹੈ. ਹੁਣ ਇਹਦੇ ਵਿੱਚ ਕੱਟੇ ਹੋਏ ਆਲੂ ਪਾ ਲੈਂਦੇ ਹਾਂ, ਥੋੜ੍ਹੀ ਦੇਰ ਵਾਸਤੇ ਭੁੰਨ ਲੈਂਦੇ ਹਾਂ. ਮਸਾਲੇ ਵਿੱਚ ਆਲੂ ਪਾ ਕੇ ਅਤੇ ਭੁੰਨਦੇ ਆ, ਅਤੇ ਹੁਣ ਇਹਦੇ ਵਿੱਚ ਪਾ ਲੈਂਦੇ ਹਾਂ ਕੱਟੀਆਂ ਹੋਈਆਂ ਗੰਦਲਾਂ. ਉਹਨਾਂ ਨੂੰ ਕੱਟ ਕੇ ਮੈਂ ਧੋ ਲਿਆ ਸੀ. ਬਿਸਮਿਲਲਾ. ਮਿਕਸ ਕਰਦੇ ਹਾਂ ਅਤੇ ਇਹਨੂੰ ਅੱਛੀ ਤਰ੍ਹਾਂ ਭੁੰਨ ਲੈਂਦੇ ਹਾਂ. ਇਹਦੇ ਵਿੱਚ ਪਾਣੀ ਨਹੀਂ ਮਿਲਾਉਣਾ,
ਇਹਨੇ ਆਪਣੇ ਪਾਣੀ ਵਿੱਚ ਹੀ ਪੱਕ ਜਾਣਾ ਹੈ। ਗੰਦਲਾਂ ਨੇ ਪਾਣੀ ਛੋੜ ਦਿੱਤਾ ਸੀ ਅਤੇ ਪਾਣੀ ਹੋਰ ਨਹੀਂ ਵਿੱਚ ਪਾਇਆ, ਆਪਣੇ ਪਾਣੀ ਵਿੱਚ ਪੱਕਦੀਆਂ ਪਈਆਂ ਅਤੇ ਇਹਦਾ ਹੁਣ ਥੋੜ੍ਹੀ ਦੇਰ ਵਾਸਤੇ ਢੱਕਣ ਬੰਦ ਕਰ ਦਿੰਦੇ ਹਾਂ ਤਾਂ ਕਿ ਅੱਛੀ ਤਰ੍ਹਾਂ ਸਾਲਣ ਸਾਡਾ ਤਿਆਰ ਹੋ ਜਾਵੇ। ਬਹੁਤ ਮਜ਼ੇਦਾਰ ਬਣਦਾ ਹੈ। ਫਿਰ ਇੱਕ ਵਾਰੀ ਗੰਦਲਾਂ ਤੋੜ ਕੇ ਲਿਆਵਾਂਗੇ, ਸਾਗ ਵੀ ਪਕਾ ਲਓ, ਬਾਅਦ ਚ ਜਦੋਂ ਉੱਪਰ ਹੋ ਜਾਂਦੀਆਂ ਨੇ ਨਾ ਸਖਤ ਹੋ ਜਾਂਦੀਆਂ ਨੇ, ਫਿਰ ਨਹੀਂ ਪਤਾ। ਹਾਂਜੀ ਬੜੀਆਂ ਸੁਣੀਆਂ ਨਾ ਗੰਦਲਾਂ ਬਹੁਤ ਚੰਗਾ ਰੰਗ ਭੁੱਜ ਗਿਆ ਬਸ। ਗੰਦਲ ਆਲੂ ਦਾ ਸਾਲਨ ਸਾਡਾ ਤਿਆਰ ਹੋ ਗਿਆ। ਵਿੱਚ ਪਾ ਲੈਂਦੇ ਹਾਂ ਕੱਟਿਆ ਹੋਇਆ ਸਾਡੇ ਧਨੀਆ, ਵਿੱਚ ਪਾ ਲੈਂਦੇ ਪੀਸਿਆ ਹੋਇਆ ਮਸਾਲਾ, ਮਿਕਸ ਕਰਦੇ ਹਾਂ ਅਤੇ ਕੜਾਹੀ ਮੁੰਨ ਕੇ ਉਤਾਰ ਲੈਂਦੇ ਹਾਂ। ਮਾਸ਼ਾਅੱਲਾ ਬਹੁਤ ਪਿਆਰੀ ਪਿਆਰੀ ਖੁਸ਼ਬੂ ਆਉਣ ਲੱਗ ਪਈ ਹੈ। ਫਰਾਈ ਕਰਨਾ ਗੰਦਲ ਆਲੂ ਬੜੇ ਮਜ਼ੇਦਾਰ ਬਣਦੇ ਨੇ। ਗੰਦਲ ਆਲੂ ਦਾ ਸਾਲਨ ਸਾਡਾ ਤਿਆਰ ਹੋ ਗਿਆ। ਅਗਰ ਮੇਰੇ ਭੈਣ ਭਾਈਆਂ ਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇ ਇਹਨੂੰ ਸ਼ੇਅਰ ਕਰਿਓ, ਲਾਈਕ ਕਰਿਓ। ਅਗਰ ਤੁਸੀਂ ਸਾਡੇ ਚੈਨਲ 'ਤੇ ਨਏ ਹੋ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਬੈਲ ਦੇ ਬਟਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਹਰ ਆਉਣ ਵਾਲੀ ਨਈ ਵੀਡੀਓ ਦੀ ਨੋਟੀਫਿਕੇਸ਼ਨ ਬਰ ਵਕਤ ਪਹੁੰਚਦੀ ਰਹੇ। ਹੁਣ ਸਾਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼। ਅੱਲਾ ਹਾਫਿਜ਼, ਅੱਲਾ ਹਾਫਿਜ਼। ਨਹੀਂ ਲਾ ਕੇ ਮੂੰਹ ਤੇ ਛੁੱਟੇ।